ਗੁੱਡ ਮਾਰਨਿੰਗ ਬੇਟਾ ਨੈਕਸਟ ਚੈਪਟਰ ਆਪਾਂ ਕਰਾਂਗੇ ਰਾਜ ਦਾ ਜਨਮ ਮਾਰਕਸਵਾਦੀ ਸਿਧਾਂਤ ਕਿ ਰਾਜ ਦੇ ਜਨਮ ਸੰਬੰਧੀ ਜਿਹੜੀ ਹੈਗੀਆ ਮਾਰਕਸਵਾਦੀਆਂ ਦਾ ਕੀ ਵਿਚਾਰ ਆ ਮਾਰਕਸਵਾਦੀ ਬਾਰੇ ਮੇਡਾ ਤਿੰਨ ਜਿਹੜੇ ਹੈਗੇ ਵਿਦਵਾਨ ਆ ਜਿਹੜੇ ਹੈਗੇ ਫੇਮਸ ਆ ਉਹਨਾਂ ਨੇ ਇਸ ਵਿਚਾਰਧਾਰਾ ਨੂੰ ਪ੍ਰਫੁੱਲਤ ਕੀਤਾ ਹੈ Karl Marx ਹੋਇਆ Lenin ਹੋਇਆ ਤੇ Frederick Engel ਠੀਕ ਆ ਐਂਗਲ ਜਾਂ ਐਂਜਲ ਕਹਿ ਦਿੰਦੇ ਆ ਗਿਆ ਜਿਹੜੀ ਕਿ ਮੁੱਲਪੀ ਚੀਜ਼ ਨੂੰ ਮੰਨਦੇ ਆ ਕਿ ਚੀਨ ਇਹ ਮੰਨਦੀ ਹੈ ਕਿ ਜਿਹੜੀ ਵੀ ਆਰਥਿਕ ਜਿਹੜਾ ਵੀ ਕੋਈ ਚੀਜ਼ ਰਾਜ ਦਾ ਜਨਮ ਹੋਇਆ ਵਾ ਉਹਦੇ ਪਿੱਛੇ ਜਿਹੜਾ ਆਰਥਿਕ ਰੀਜ਼ਨ ਆ ਯਾਨੀ ਕਿ ਜਿਹੜਾ ਹੈਗਾ ਸਮਾਜ ਦੋ ਹਿੱਸਿਆਂ ਚ ਵੰਡਿਆ ਹੋਇਆ ਵਾ ਅਮੀਰਾਂ ਤੇ ਗਰੀਬਾਂ ਵਿਚਕਾਰ ਵੰਡਿਆ ਹੋਇਆ ਵਾ ਤੇ ਜਿਹੜਾ ਹੈਗਾ ਇਸੇ ਕਰਕੇ ਜਿਹੜਾ ਹੈਗਾ ਵਾ ਇਹਨਾਂ ਦੋਨਾਂ ਵਿਚਕਾਰ ਸੰਘਰਸ਼ ਚੱਲਦਾ ਰਹਿੰਦਾ ਹੈ ਆਰਥਿਕ ਸਥਿਤੀ ਨੂੰ ਲੈ ਕੇ ਆਰਥਿਕ ਮਟੀਰੀਅਲਸ ਨੂੰ ਲੈ ਕੇ ਆਪਸ ਵਿੱਚ ਸੰਘਰਸ਼ ਚੱਲਦਾ ਰਹਿੰਦਾ ਹੈ ਜਿਹੜੇ ਅਮੀਰ ਵਾ ਉਹ ਜਿਹੜੀ ਸੈਨਾ ਪੋਰਸ ਅਧਾਰਤਾ ਜੋ ਵੀ ਇਹ ਪ੍ਰਸ਼ਾਸਨ ਆ ਜਾਂ ਸ਼ਕਤੀ ਆ ਰਾਜਨੀਤੀ ਸਥਿਤੀ ਆ ਜਾਂ ਰਾਜਵ ਉਹਦੀ ਵਰਤੋਂ ਜਿਹੜੀ ਹੈਗੀ ਆ ਆਪਣੀ ਜਿਹੜੀ ਹੈਗੀ ਆ ਇਸ ਵਰਤੋਂ ਗਰੀਬਾਂ ਨੂੰ ਦੱਬਣ ਵਾਸਤੇ ਕਰਦੀ ਹੈ ਇਸ ਕਰਕੇ ਮਾਸਵਾਦੀ ਰਾਜ ਨੂੰ ਕਦੇ ਵੀ ਚੰਗਾ ਨਹੀਂ ਸਮਝਿਆ ਕਿ ਤੇ ਰਾਜ ਨੂੰ ਖਤਮ ਕਰਨਾ ਚਾਹੁੰਦੇ ਆ ਤੋਂ ਸੋ ਦੇਖਦੇ ਇਹੋ ਜਿਹਾ ਸਮਾਂ ਆਵੇਗਾ ਕਿ ਜਦੋਂ ਰਾਜਨਾਂ ਦੀ ਕੋਈ ਚੀਜ਼ ਨਹੀਂ ਹੋਏਗੀ ਤਾਂ ਉੱਥੇ ਜਿਹੜੀ ਹੈਗੀ ਆ ਸਮਾਦੀ ਵਿਵਸਥਾ ਸਥਾਪਿਤ ਹੋਵੇਗੀ ਕਿ ਇਸ ਸਾਰੇ ਜਿਹੜੀ ਚੈਪਟਰ ਵਿੱਚ ਇਸੇ ਵਿਚਾਰਤ ਰਾਦੇ ਵਾਲੇ ਵਾਲੇ ਸਾਰੀ ਜਿਹੜੀ ਥਿਉਰੀ ਕਮੇਗੀ ਹੁਣ ਆਪਾਂ ਨੈਕਸਟ ਕਰਦੇ ਹਾਂ ਕਿ ਰਾਜਚਰਮ ਸੰਬੰਧੀ ਮਾਰਕਸਵਾਦੀ ਕੀ ਸਿਧਾਂਤ ਦਿੰਦੇ ਆ ਹਾਂਜੀ ਮਾਰਕਸਵਾਦੀ ਸਿਧਾਂਤ ਦੇ ਮੁੱਖ ਵਿਚਾਰ ਰਾਜ ਸਮਾਜ ਦੇ ਰਾਜ ਸਮਾਜ ਦੀ ਵਿਕਾਸ ਦੀ ਵਿਸ਼ੇਸ਼ ਮੰਜ਼ਿਲ ਦੀ ਉਪਜ ਹੈ ਜਿਹੜੀ ਆ ਮਾਰਕਸਵਾਦੀਏ ਇਹ ਮੰਨਦੇ ਆ ਕਿ ਰਾਜ ਨਾ ਤਾਂ ਇਹ ਆ ਕਿ ਪਰਵਾਤਾ ਵਿਕਸਿਤ ਰੂਪਾ ਨਾਈ ਸ਼ਕਤੀ ਦੇ ਉੱਪਰ ਚਲ ਨਾਏ ਸਮਝੌਤੇ ਦੁਆਰਾ ਪੈਦਾ ਕੋਈ ਹੋਇਆ ਕ ਭੀ ਇਹ ਨਹੀਂ ਆਪ ਇੱਕਦਮ ਕੋਈ ਬਣਾਉਂਟੀ ਸੰਸਥਾ ਵਾ ਜਾਂ ਕੁਝ ਵੀ ਆ ਇਹ ਜਿਹੜੀ ਅੱਗੇ ਹੌਲੀ-ਹੌਲੀ ਵਿਕਾਸ ਹੋਇਆ ਵਾ ਇਸ ਦਾ ਕਿ ਜਿਹੜਾ ਸਮਾਜ ਜਿਹੜਾ ਅੱਜ ਰਾਜ ਜਿਹੜਾ ਹੋਂਦ ਵਿੱਚ ਆਇਆ ਵਾ ਉਹ ਹੌਲੀ-ਹੌਲੀ ਵਿਕਾਸ ਕਰਕੇ ਅਜ ਰੂਪ ਦਾ ਇਹਨਾਂ ਤਾਰਨ ਕੀਤਾ ਹੈ ਠੀਕ ਹੈ ਇਸ ਕੇ ਕਹਿੰਦੇ ਇਹ ਵਿਕਾਸ ਦੀ ਵਿਸ਼ੇਸ਼ ਮੰਜਰੇ ਉੱਪਰ ਜਾ ਸੈਕੰਡ ਇਹ ਕਹਿੰਦੇ ਆ ਕਿ ਰਾਜਵਰਕ ਸੰਘਰਸ਼ ਦਾ ਨਤੀਜਾ ਹੈ ਕਿਹਦਾ ਪਹਿਲਾਂ ਤੇ ਜਿਹੜਾ ਹੈਗਾ ਜਦੋਂ ਆਦਿਵਾਸੀ ਵਿੱਚ ਰਹਿੰਦੇ ਸੀ ਆ ਜੰਗਲਾਂ ਵਿੱਚ ਰਹਿੰਦੇ ਸੀ ਉਦੋਂ ਰਾਜਨਾਂ ਦੀ ਕੋਈ ਚੀਜ਼ ਨਹੀਂ ਸੀ ਜਦੋਂ ਆਰਥਿਕ ਸਥਿਤੀ ਹੋਂਦ ਵਿੱਚ ਆਈ ਲੋਕਾਂ ਕੋਲ ਸੰਪਤੀ ਆਈ ਜਾਇਦਾਦ ਆਈ ਉਹਨਾਂ ਵਿੱਚ ਆਰਥਿਕ ਪੱਖੋਂ ਜਿਹੜਾ ਹੈਗਾ ਸੰਘਰਸ਼ ਹੋਣ ਲੱਗ ਪਿਆ ਜਿਨ੍ਹਾਂ ਕੋਲ ਸੰਪਤੀ ਜ਼ਿਆਦਾ ਸੀ ਉਹਨਾਂ ਨੇ ਦੂਜਿਆਂ ਤੇ ਗਰੀਬਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰਤਾ ਤੇ ਇਸ ਕਰਕੇ ਆਪਣੀ ਜਿਹੜੀ ਹੈਗੀ ਆ ਆਪਣੀ ਸੰਪਤੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੇ ਰਾਜ ਨੂੰ ਹੋਂਦ ਵਿੱਚ ਲਿਆਂਦਾ ਠੀਕ ਹੈ ਤੇ ਆਸ ਵਿੱਚ ਸੰਘਰਸ਼ ਦਾ ਨਤੀਜਾ ਰਾਜ ਫਿਰ 3rd ਪੁਆਇੰਟ ਕਹਿੰਦਾ ਕਿ ਰਾਜ ਅਨਾਦ ਕਾਲ ਤੋਂ ਨਹੀਂ ਚੱਲਿਆ ਰਿਹਾ ਕਹਿੰਦਾ ਕਿ ਇਹ ਨਹੀਂ ਆ ਕਿ ਕਈ ਕਹਿੰਦੇ ਆ ਕਿ ਰਾਜ ਸ਼ੁਰੂ ਤੋਂ ਆ ਰਿਹਾ ਹੈ ਕਿ ਦੇਵੀ ਸੰਸਤਾ ਪਰਮਾਤਮਾ ਦਾ ਰਬੜਾਈ ਸੰਸਤਾ ਜਾਂ ਕੁਝ ਵੀ ਹੈ ਬਟ ਨਹੀਂ ਇੱਕ ਕਹਿੰਦੇ ਕਿ ਸ਼ੁਰੂ ਤੋਂ ਨਹੀਂ ਆ ਰਿਹਾਗਾ ਪਹਿਲਾਂ ਕੀ ਸੀ ਲੋਕ ਗਣਾਂ ਵਿੱਚ ਰਹਿੰਦੇ ਸੀ ਫਿਰ ਗਣ ਤੋਂ ਬਾਅਦ ਜਿਹੜੇ ਅਗੇ ਆਪਾਂ ਸੰਗਾਂ 'ਚ ਫਿਰ ਕਬੀਲੀਆਂ 'ਚ ਰਹਿਣ ਲੱਪੇ ਫਿਰ ਉਹਨਾਂ ਦੇ ਉਤਪਾਦਨ ਸਾਧੇ ਕੁਝ ਲੋਕਾਂ ਦੀ ਉਤਪਾਦਨ ਸਾਧਨ ਦੀ ਮਟੀਰੀਅਲਿਸਟ ਚੀਜ਼ਾਂ ਤੇ ਇੱਕ ਮਾਰ ਕਿਉਂ ਲਾਪੀ ਉਸ ਸਮੇਂ ਨੂੰ ਉਹ ਜਿਹੜੇ ਮਾਰਕਸਵਾਦੀ ਆਦਮ ਸਾਵਾਦੀ ਜੋ ਕਹਿੰਦੇ ਜਦੋਂ ਸੰਪੰਪਤੀ ਨਾਂ ਦੀ ਕੋਈ ਨਹੀਂ ਸਾਰਿਆਂ ਦੀ ਸੰਪੰਪਤੀ ਤੇ ਬਰਾਬਰ ਦਾ ਹੱਕ ਜਾ ਸੀ ਠੀਕ ਹੈ ਨੈਕਸਟ ਹੈਗਾ ਰਾਜ ਦੇ ਵਿਕਾਸ ਵਿੱਚ ਆਰਥਿਕ ਤੰਦ ਦਾ ਵਿਸ਼ੇਸ਼ ਯੋਗਦਾਨ ਮਾਰਕਸਵਾਦੀ ਮੰਨਦੇ ਕਿ ਰਾਜ ਕਿਉਂ ਪੈਦਾ ਹੋਇਆ ਜਦੋਂ ਆਰਥਿਕ ਸਥਿਤੀ ਹੋਂਦ ਵਿੱਚ ਆਈ ਲੋਕਾਂ ਕੋਲ ਪੈਸਾ ਆਇਆ ਕਵੇਂ ਕਹਿੰਦਾ ਪਹਿਲਾਂ ਜਦੋਂ ਕਿਰਤ ਦੀ ਵੰਡ ਹੋਣ ਚਾਲਾ ਪਈ ਕਿ ਜਿਹੜੇ ਹੈਗੇ ਆ ਜਿਹੜੇ ਆ ਜਿਵੇਂ ਤਰਖਾਨ ਆ ਕਮਿਆਰ ਆ ਕਿਸਾਨਾਂ ਵਾ ਠੀਕ ਆ ਐਸਾ ਨਾਲ ਆਪਣੇ ਆਪਣੇ ਧੰਦੇ ਕਰਨੇ ਸ਼ੁਰੂ ਕਰਤੇ ਫੇਰ ਵਪਾਰ ਸ਼ੁਰੂ ਹੋ ਗਿਆ ਪੈਸਾ ਸ਼ੁਰੂ ਹੋ ਗਿਆ ਲੋਕੀ ਜਿਦਾ ਵਿਆਹ ਦੇਣ ਲਾ ਪਿਆ ਵਪਾਰੀ ਵਰਗ ਸ਼ੁਰੂ ਹੋ ਗਿਆ ਇਦਾ ਕਾਰਨ ਕਰਕੇ ਜਿਹੜੀ ਹੈਗੀ ਆ ਉਹ ਪਰਚੀਨ ਕਰਨ ਪ੍ਰਣਾਲੀ ਉਹ ਖਤਮ ਹੋ ਗਈ ਤੇ ਤਾਂ ਜਿਹੜਾ ਹੈਗਾ ਕੁਝ ਕ ਅਮੀਰ ਲੋਕਾਂ ਦੇ 10% ਲੋਕਾਂ ਦੇ ਹੱਥ ਵਿੱਚ ਆ ਗਿਆ ਜਿਹਦਾ ਕਰਕੇ ਵਰਗ ਸੰਘਰਸ਼ ਪੈਦਾ ਹੋ ਗਿਆ ਤੇ ਰਾਜ ਹੋਂਦ ਵਿੱਚ ਆਇਆ ਕਿ ਆਰਥ ਤੱਤ ਬਹੁਤ ਜ਼ਿਆਦਾ ਮਤਵਪੂਰਨ ਆ ਮਾਰਕਸਵਾਦੀ ਵਿਚਾਰਧਾਰਾ ਦੇ ਅਨੁਸਾਰ ਆਰਥ ਤੱਤ ਦੀ ਦੁਆਲੇ ਹੀ ਉਹਨਾਂ ਦੀ ਸਾਰੀ ਵਿਚਾਰਧਾਰਾ ਕੰਮਦੀ ਆ ਨੈਕਸਟ ਅਗਰ ਆਤਾ ਜਨਮ ਹਾਥ ਹਾਥ ਇੱਕੋ ਜਣੀ ਹੋਇਆ ਮਾਰਕਸਵਾਦੀ ਇਹ ਵੀ ਚੀਜ਼ ਨੂੰ ਮੰਨਦੇ ਆ ਕਿ ਰਾਜ ਦੀ ਉਤਪਤੀ ਸਾਰੇ ਸਮਾਜਾਂ ਵਿੱਚ ਦੇਸ਼ਾਂ ਦੀ ਇੱਕੋ ਜਿਹੀ ਇੱਕੋ ਥਾਂ ਤੇ ਨਹੀਂ ਹੋਈ ਜਿਵੇਂ ਮੰਨ ਲਓ ਆਪਾਂ ਐਗਜ਼ਾਮਪਲ ਕਹਿੰਦੇ ਇੰਡੀਆ ਜਿਹ ਇਹ ਜਿਹੜਾ 16ਵੀਂ ਸਦੀ ਵਿੱਚ ਆ ਗਿਆ ਅਮਰੀਕਾ ਇਹ ਸਾਰੀ ਸਦੀ ਵਿੱਚ ਆਇਆ ਇਸਲਾ ਪਾਕਿਸਤਾਨ ਜਿਹੜਾ 1947 ਜਾਇਆ ਹਰ ਇੱਕ ਥਾਂ ਦੇ ਜਿਹੜਾ ਰਾਜਵਾ ਉਹ ਵੱਖਰੇ ਵੱਖਰੇ ਸਮੇਂ ਵਿੱਚ ਪੈਦਾ ਹੋਇਆ ਵਾ ਠੀਕ ਹੈ ਨੈਕਸਟ ਅਗਰ ਰਾਜ ਅਮੀਰਾ ਦੁਆਰਾ ਸੋਚ ਦਾ ਜੰਤਰ ਆ ਕਿੰਦਾ ਹੈ ਕਿ ਜਿਹੜਾ ਰਾਜਵਾ ਨਾ ਉਹ ਸਿਰਫ ਜਿਹੜਾ ਹੈਗਾ ਵਾ ਇੱਕ ਮਸ਼ੀਨ ਵਾ ਠੀਕ ਹੈ ਤਾਂ ਉਹ ਅਮੀਰ ਇਸ ਜੀ ਦੀ ਵਰਤੋਂ ਕਰਦੇ ਆ ਮਸ਼ੀਨ ਕਿਨਾਂ ਕੋਲ ਆ ਵੀ ਕਹਿੰਦਾ ਮਲ ਵੀ ਜਿਹਨਾਂ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਆ ਉਤਪਾਦਨ ਦੇ ਸਾਧਨਾਂ ਤੇ ਉਤਪਾਦਨ ਦੇ ਉਤਪਾਦਨ ਦੇ ਸਾਧਨਾਂ ਦੇ ਜਾਨਕੀ ਜਿੰਨਾ ਮਟੀਰੀਅਲ ਇਸ ਚੀਜ਼ਾਂ ਵਾਂ ਜਿੰਨੀਆਂ ਵੀ ਆ ਗਿਆ ਖਾਣ ਪੀਣ ਜਾਂ ਕੁਝ ਵੀ ਚੀਜ਼ਾਂ ਆ ਗਿਆ ਜਿਨ੍ਹਾਂ ਦਾ ਉਹਨਾਂ ਤੇ ਕੰਟਰੋਲ ਆ ਜਿਵੇਂ ਆਪਣੇ ਦੇਚਾ ਅੰਬਾਨੀ ਅਡਾਨੀ ਵਗੈਰਾ ਕਹਿ ਲੋ ਜਾਂ ਬਾਦਲ ਕਹਿ ਲੋ ਠੀਕਾ ਜਾਂ ਮਜੀਠੀਆ ਵਗੈਰਾ ਕਹਿ ਲੋ ਜਾਂ ਕੁਝ ਵੀ ਅਮੀਰ ਲੋਕਾਂ ਜਾਂ ਰਾਜਨੀਤੀ ਨੇਤਾ ਵਾਂ ਉਹਨਾਂ ਦੇ ਕੋਲ ਹੀ ਸਾਰੀ ਰਾਜਨੀਤੀਕ ਸ਼ਕਤੀ ਅਲ ਦਵਲੇ ਕੁੰਮਦੀ ਹੈ ਨੈਕਸਟ ਐ ਫਿਰ ਕਹਿੰਦਾ ਵੀ ਉਹ ਇਸ ਚੀਜ਼ ਰਾਜ ਦੀ ਵਰਤੋਂ ਜਿਹੜੀ ਆ ਕੀ ਆ ਆਪਣੇ ਸ਼ਾਸਨ ਕਰਦੇ ਕਿ ਰਾਜ ਜਿਹੜਾ ਅਮੀਰ ਜਿਹੜਾ ਗਿਆ ਇਸ ਰਾਜ ਦੀ ਵਰਤੋਂ ਜਿਹੜੀ ਆ ਗਿਆ ਆਪਣੇ ਆਪਣੇ ਹੱਕਾਂ ਦੀ ਵਰਤੋਂ ਆਪਣੀ ਹੱਕਾਂ ਦੀ ਰਾਖੀ ਕਰਨ ਵਾਸਤੇ ਹੀ ਲਿਉਂਦੇ ਆ ਜੋ ਵੀ ਕਾਨੂੰਨ ਬਣਾਉਂਦੇ ਆ ਕਾਨੂੰਨ ਲਾਗੂ ਕਰਦੇ ਆ ਪੁਲਿਸ ਸਿਆਣਾ ਅਦਾਲਤਾਂ ਜੋ ਕੁਝ ਵੀ ਆ ਉਹ ਉਹਨਾਂ ਦਾ ਇੱਕ ਮਸ਼ੀਨ ਬਣਿਆ ਆ ਚਰਿਆ ਬਣਿਆ ਆ ਨੈਕਸਟ ਹੈ ਰਾਜਾਦਾਰ ਸ਼ਕਤੀ ਹੈ ਜੇ ਆਪਾਂ ਕਹਿੰਦੇ ਰਾਜ ਆਪਾਂ ਹੁਕਮਾਂ ਦੀ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਨਹੀਂ ਕਰਾਂਗੇ ਤੇ ਸਜ਼ਾ ਮਿਲੇਗੀ ਤੇ ਕਹਿੰਦਾ ਉਹਦੀ ਸਾਰੀ ਕਮਾਂਡ ਅਮੀਰਾਂ ਕੋਲ ਹੁੰਦੀ ਆ ਪੂੰਜੀਪਤੀਆਂ ਕੋਲ ਹੁੰਦੀ ਆ ਇਸ ਕਰਕੇ ਜਨੀ ਵੀ ਪੁਲਸ ਵਾ ਸੈਨਾ ਵਾ ਅਦਾਲਤਾਂ ਵਾ ਚੇਨਾ ਵਾ ਉਹਦੇ ਸ਼ਕਤੀ ਦਾ ਪਰਟਾਵਾ ਵਾ ਰਾਜ ਦੀ ਸ਼ਕਤੀ ਦਾ ਪਰਟਾਵਾ ਵਾ ਤੇ ਇਸ ਸ਼ਕਤੀ ਦਾ ਪ੍ਰਯੋਗ ਜਿਹੜਾ ਕਰਵਾ ਉਹ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਕਰਦੇ ਆ ਕੌਣ ਪੂੰਜੀਪਤੀ ਨੈਕਸਟ ਹੈ ਮਾਸਵਾਦੀ ਇਹ ਕਹੇ ਬੜੀ ਮਹੱਤਵਪੂਰਨ ਵਿਚਾਰਤਾ ਰਹਾ ਕਿ ਰਾਜ ਸਥਾਈ ਨਹੀਂ ਹੈਗਾ ਠੀਕ ਆ ਜੇ ਵੀ ਉਹ ਕਹਿੰਦਾ ਕਿ ਸ਼ੁਰੂ ਵਿੱਚ ਰਾਜਨਾ ਦੀ ਕੋਈ ਚੀਜ਼ ਨਹੀਂ ਸੀ ਜਦੋਂ ਆਤਮਸਹਾਵਾ ਦੇ ਜੋਗ ਸੀ ਨਾ ਲੋਕੀਂ ਕੀ ਕੁਦਰਤੀ ਆਸਥਾ ਵਿੱਚ ਜੰਗਲਾਂ 'ਚ ਰਹਿੰਦੇ ਉਦੋਂ ਰਾਜਾਂ ਦੀ ਕੋਈ ਸੰਸਥਾ ਨਹੀਂ ਹੈਗੀ ਜਦੋਂ ਸੰਪਤੀ ਹੋਣ ਦੇ ਵਿੱਚ ਆਈ ਤੇ ਪੂੰਜੀਵੱਤੀ ਵਰਗ ਹੋਣ ਦੇ ਵਿੱਚ ਆ ਗਿਆ ਤੇ ਉਹਨਾਂ ਨੇ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਆਪਣੀ ਪੂੰਜੀਪਤੀ ਦੀ ਰਾਖੀ ਕਰਨ ਵਾਸਤੇ ਰਾਜ ਨੂੰ ਹੋਣ ਦੇ ਵਿੱਚ ਲਿਆਂਦਾ ਬਟ ਜਦੋਂ ਮਤਲਬ ਕਿ ਮਜ਼ਦੂਰਾਂ ਦਾ ਤੇ ਅਮੀਰਾਂ ਦਾ ਵਿਚ ਵਿੱਚ ਸੰਘਰਸ਼ ਹੋਏਗਾ क्रांति आएगी फिर राज अपने आप ही खत्म हो जावेगा राजस्थानी अगर राज खत्म हो जावेगा ਹੁਣ ਇਹਦੀ ਆਪਾਂ ਲੋਚਨਾ ਕਰਾਂਗੇ ਆ ਠੀਕ ਹੈ ਜਵੇਂ ਰਾਜ ਕਹਿੰਦੀ ਆ ਕਿ ਜਿਹੜੇ ਆਲੋਚਕਾ ਇਸ ਵਿਚਾਰਧਾਰੀ ਦੀ ਲੋਚਨਾ ਕਰਦੀ ਆ ਉਹ ਕਹਿੰਦੀ ਆ ਕਿ ਬਰਨਾਰਟੀ ਸੰਸਥਾਨੀ ਹੈਗਾ ਕਿ ਕਿਉਂਕਿ ਜੇ ਬਰਨਾਰਟੀ ਸੰਸਥਾ ਹੁੰਦੀ ਤਾਂ ਸਾਨੂੰ ਪਤਾ ਹੁੰਦਾ ਕਿ ਰਾਜ ਕਦੋਂ ਹੋਇਆ ਜਨਮ ਕਦੋਂ ਹੋਇਆ ਕਿਸ ਸਮੇਂ ਹੋਇਆ ਕਿਸ ਦਿਨ ਹੋਇਆ ਜਨ ਕਿ ਉਹਦਾ ਡੇ ਡੇਟ ਟਾਈਮ ਪਤਾ ਹੁੰਦਾ ਪਰ ਤੁ ਰਾਜਤ ਨਿਰੰਤਰ ਕਾਸਨ ਵਿਚਾਰ ਕਿਉਂਕਿ ਮਾਕਸਵਾਦੀ ਮੰਨਦੇ ਆ ਨਾ ਕਿ ਇਕਦਮ ਨਿੱਜੀ ਸੰਪਤੀ ਹੋਂਦ ਵਿੱਚ ਆਈ ਤੇ ਉਹਨਾਂ ਦੇ ਰਾਜ ਨੂੰ ਹੋਂਦ ਵਿੱਚ ਲੈੰਦਾ ਪੁਲਿਸ ਸੈਨਾ ਜਾਂ ਅਦਾਲਤਾਂ ਲੈਣੀਆਂ ਪਰ ਕਦੋਂ ਆਈਆਂ ਪੁਲਿਸ ਸੈਨਾ ਅਦਾਲਤਾਂ ਇਹਦੀ ਕੋਈ ਡੇਅ ਡੇਟ ਦੀ ਫਿਕਸ ਵਗੈਰਾ ਨਹੀਂ ਹੈਗਾ ਇਸ ਕਰਕੇ ਰਾਜ ਕੋਈ ਬਣਾਉਂਦੀ ਸੰਸਥਾਨੀਆਂ ਤੇ ਜਿਹੜੇ ਆਪਾਂ ਪਿਛੇ ਪੜੀ ਵਿਕਾਸਵਾਦੀ ਵਿੱਚ ਆਤਾ ਰ ਆ ਉਹ ਇਸ ਚੀਜ਼ ਨੂੰ ਪੱਖ ਵਿੱਚ ਰੱਖਦੇ ਆ ਕਿ ਵਿਕ ਰਾਜ ਦਾ ਵਿਕਾਸ ਤੇ ਮਨੁੱਖੀ ਸੁਭਾਅ ਧਰਮ ਖੂਨ ਸਬੰਧਾ ਸ਼ਕਤੀ ਆਤ ਸਰਗਰਮੀ ਤੇ ਰਾਣੀ ਚੇਤਨਤਾ ਇਹ ਫੌਂਸ ਆਪਾਂ ਪਿਛਲੇ ਚੈਪਟਰੇ ਪੜੇ ਸੀ ਉਹਨਾਂ ਦੇ ਵਿਕਾਸ ਦਾ ਨਤੀਜਾ ਹੈ ਨੈਕਸਟ ਹੈ ਰਾਜ ਕੋਈ ਖਡੋਣਾ ਨਹੀਂ ਕਿਉਂਕਿ ਮਾਰਕਸਵਾਦੀ ਕਹਿੰਦੇ ਆ ਕਿ ਸਿਰਫ ਜਿਹੜੇ ਆ ਅਮੀਰਾਂ ਨੇ ਆਪਣੇ ਹਿੱਤਾਂ ਦੀ ਰਾਖੀ ਵਾਸਤੇ ਰਾਜ ਨੂੰ ਹੋਂਦ ਵਿੱਚ ਲੈਂਦਾ ਤੇ ਜਦੋਂ ਜਿਹੜੇ ਹੈਗੇ ਮਾਰਕਸਵਾਦੀ ਹੋਂਦ ਵਿੱਚ ਆਉਣਗੇ ਮਜ਼ਦੂਰ ਹੋਂਦ ਵਿੱਚ ਆਉਣਗੇ ਤੇ ਜਿਹੜਾ ਕਿ ਵਰਗ ਖਤਮ ਹੋ ਜਾਊਗਾ ਪੂੰਜੀਪਤੀ ਜਦੋਂ ਖਤਮ ਹੋ ਜਾਣਗੇ ਵਰ ਖਤਮ ਹੋਏਗਾ ਤੇ ਰਾਜ ਜਿਹੜਾ ਹੈਗਾ ਖਤਮ ਹੋ ਜਾਏਗਾ ਆਪਣੇ ਆਪ ਹੀ ਰਾਜ ਅਲੋਪ ਹੋ ਜਾਏਗਾ ਪਰ ਕਹਿੰਦੇ ਆ ਕਿ ਰਾਜ ਕੋਈ ਖਡੋਣਾ ਨਹੀਂ ਜਦੋਂ ਮਰਦੇ ਨੂੰ ਬਣਾ ਲਿਆ ਜਦੋਂ ਮਰਦੀ ਖਤਮ ਕਰ ਲਿਆ ਰਾਜ ਜਿਹੜਾ ਹੈਗਾ ਹੀ ਸ਼ੁਰੂਤ ਹੈਗਾ ਸੀ ਤੇ ਹਮੇਸ਼ਾ ਹੀ ਰਹੇਗਾ ਨੈਕਸ ਅਗਰ ਰਾਜਨੀਤਿਕ ਸੰਸਥਾ ਕਿਉਂਕਿ ਜਿਹੜਾ ਮਕਸਦ ਦੀ ਹਮੇਸ਼ਾ ਇਹ ਕਹਿੰਦਾ ਕਿ ਜਿਹੜਾ ਰਾਜਵਾ ਉਹ ਸਿਰਫ ਅਮੀਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਹੈ ਇੱਕ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰਾਖੀ ਕਰਦਾ ਹੈ ਦੇ ਪਰ ਪਰ ਜਿਹੜੇ ਆਲੋਚਕਾ ਉਹ ਕਹਿੰਦੇ ਨਹੀਂ ਰਾਜ ਜਿਹੜਾ ਹੈਗਾ ਉਹ ਸਿਰਫ ਅਮੀਰਾਂ ਦੇ ਨਹੀਂ ਆਮ ਵਰਗ ਦੇ ਲੋਕਾਂ ਦੇ ਵੀ ਹਿੱਤਾਂ ਦੀ ਰਾਖੀ ਕਰਦਾ ਜਨਨ ਕਿ આજ ਵੀ ਰਾਜ ਗਰੀਬਾਂ ਦੀ ਰੋਟੀ ਕਪੜੇ ਮਕਾਂ ਦੀ ਵਿਵਸਥਾ ਕਰਦਾ ਹੈ ਮਜ਼ਦੂਰੀਆਂ ਨਿਸ਼ਚਿਤ ਕਰਦਾ ਆਪਾਜਾ ਬਿਮਾਰਾਂ ਦੀ ਦੇਖਭਾਲ ਕਰਦਾ ਹੈ ਜਨਨ ਕਿ ਕल्याणकारी ਸੰਸਥਾ ਰਾਜ ਇਹ ਵੀ ਤੁਸੀਂ 7ਵਾਂ 8ਵਾਂ ਚੈਪਟਰ ਕਰੋਗੇ ਰਾਜ ਦੇ ਕल्याण ਵਾਲੀ ਫਿਰ ਰਾਜ ਦਾ ਆਧਾਰ ਸ਼ਕਤੀ ਨੇ ਕਿਉਂ ਕਿ ਉਹ ਕਹਿੰਦਾ ਕਿ ਜਿਹੜੀ ਪੁਲਿਸ ਸੈਨਾ ਜੇਲ੍ਹਾਂ ਅਦਾਲਤਾਂ ਉਹ ਹੀ ਆਧਾਰ ਉਹਦਾ ਸ਼ਕਤੀ ਹੈ ਤੇ ਉਸੇ ਜਿੱਥੇ ਹੋਣਗੀ ਉੱਥੇ ਰਾਜ ਹੋਏਗਾ ਬਟ ਉਹ ਇੱਕ ਚੀਜ਼ ਨੂੰ ਇਗਨੋਰ ਕਰ ਦਿੰਦਾ ਹੈਗਾ ਵਾ ਕਿ ਰਾਜ ਦਾ ਆਧਾਰ ਕੀ ਪੁਨਸਿਆਣਾ ਜిల్లా ਆਧਾਰ ਤਾਂ ਹੀ ਨਹੀਂ ਰਾਜ ਦੀ ਸ਼ਕਤੀ ਦਾ ਆਧਾਰ ਜਿਹੜਾ ਹੈਗਾ ਵਾ ਲੋਕਮਾਤਾ ਵੋਟਾਂਵਾਂ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਰਕਾਰ ਹੜਨਾ ਤੱਕੇਸ਼ਾਈ ਕਰ ਰਹੀ ਆ ਤਾਨਾਸ਼ਹੀ ਆਪਣਾ ਰਹੀ ਆ ਕਿ ਯਾਰ ਤੇ ਉਸ ਸਰਕਾਰ ਨੂੰ ਅਗਲੀ ਵਾਰੀ ਨਹੀਂ ਹੋਂਦ ਦਿੰਦੇ ਹੈਗੇ ਠੀਕ ਹੈ ਆਪਣੀ ਚੋਣਾਂ ਰਾਹੀਂ ਵੋਟਾਂ ਰਾਹੀਂ ਨਹੀਂ ਅਗਲੀ ਵਾਰੀ ਹੋਂਦ ਦਿੰਦੇ ਜੀ ਕਿ ਯਾਨੀ ਕਿ ਸ਼ਕਤੀ ਲੋਕਾਂ ਦੇ ਕੋਲ ਹੈਗੀ ਆ ਠੀਕ ਹੈ ਨੈਕਸਟ ਹੈਗਾ ਰਾਤ ਦਾ ਖਤਮ ਹੋ ਜਾਣਾ ਸੰਭਵ ਨਹੀਂ ਕਿਉਂਕਿ ਮਾਸਵਾਦੀ ਮੰਨਦੇ ਆ ਕਿ ਜਦੋਂ ਵਰਗ ਸੰਘਰਸ਼ ਹੋਏਗਾ ਤੇ ਮੌਜੀਵਤੀ ਖਤਮ ਹੋ ਜਾਣ ਕਿ ਤਰਾਜ ਖਤਮ ਹੋ ਜਾਏਗਾ ਬਟ ਨਹੀਂ ਕਿਉਂਕਿ ਜਦੋਂ ਹੁਣ ਚੇਨ ਵਿੱਚ ਤੇ ਰੂਸ ਵਿੱਚ ਵੀ ਜਿਹੜੀ ਹੈਗੀ ਸਾਵਾਂ ਦੀ ਬਚਾਤਰ ਆਵਾ ਆਪਣਾ ਇੰਡੀਆ ਚ ਨਹੀਂ ਹੈਗੀ ਬਟ ਸਾਵਾਂ ਦੀ ਉੱਥੇ ਦੋਨੋਂ ਦਿਸ਼ਾ ਚ ਹੀ ਬਚਾਤਰ ਆਪ ਬਣਾਈ ਜਾਂਦੀ ਹੈ ਬਟ ਉਹਨਾਂ ਨੇ ਵੀ ਰਾਤ ਨੂੰ ਅਲੋਪ ਨਹੀਂ ਕੀਤਾ ਰਾਤ ਨੂੰ ਖਤਮ ਨਹੀਂ ਕੀਤਾ ਅੱਜ ਉੱਥੇ ਵੀ ਰਾਤ ਦੀ ਮਾਤਾ ਵਧੀ ਹੈ ਕਟੀ ਨਹੀਂ ਹੈ ਨੈਕਸਟ ਅਕਰਾਜ ਮਾਸਵਦੀ ਰਾਜ ਵਿੱਚ ਦੂਜੇ ਵਰਗਾਂ ਦੀ ਹੋਂਦ ਨੂੰ ਅੱਖਿਓਂ ਅਲੈ ਕੀਤਾ ਹੈਗਾ ਮਾਸਵਦੀ ਸਿਰਫ ਤੇ ਸਿਰਫ ਜਿਹੜੇ ਗਏਗਾ ਦੋ ਵਰਗਾਂ ਨਹੀਂ ਕਰਦਾ ਇੱਕ ਅਮੀਰਾਂ ਦੀ ਤੇ ਇੱਕ ਗਰੀਬਾਂ ਦੀ ਬਟ ਇਸ ਤੋਂ ਵਿੱਚ ਵੀ ਜਿਹੜੇ ਕਈ ਵਰਗ ਹੁੰਦੇ ਆ ਛੇਵੇਂ ਮਿਡਲ ਕਲਾਸ ਵਾਲੇ ਆ ਜਾਂਦੀ ਆ ਲੋਅਰ ਮਿਡਲ ਕਲਾਸ ਵਾਲੇ ਅਪਰ ਮਿਡਲ ਕਲਾਸ ਆ ਜਾਂਦੀ ਆ ਸਾਨੂੰ ਪਤਾ ਜਿੰਨੀ ਵੀ ਅਰਥ ਵਿਵਸਥਾ ਜਾਂ ਵੋਟਾਂ ਆ ਜਾਂ ਕੋਈ ਸਮਾਜਾ ਸਿਸਟਮ ਚੱਲਦਾ ਤੇ ਮਿਡਲ ਕਲਾਸ ਜਿਹੜੀ ਆ ਕੀਆ ਉਸ ਚੀਜ਼ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਕਿਉਂਕਿ ਅਮੀਰ ਜਿਹੜੀ ਮੁਠੀ ਭਾਰ ਹੁੰਦੇ 10% ਹੁੰਦੇ ਆ 20 30% ਲਾ ਲੋ ਗਰੀਬ ਹੁੰਦੇ ਬ ਮiddel ক্লাস ਨਾਲਿਤ ਹੁੰਦੇ ਆ ਤੇ ਉਸ ਨੂੰ ਉਸ ਦੀ ਮਤਨੋਂ ਅੱਖੋਂ ਹੁੰਦੇ ਨਹੀਂ ਕੀਤਾ ਜਾ ਸਕਦਾ ਨੈਕਸਟ ਹੈ ਕਿ ਵਰਗ ਸੰਘਰਸ਼ ਹੀ ਵਰਗ ਸੰਘਰਸ਼ ਹੀ ਰਾਜ ਉਤਪਤੀ ਲਈ ਜ਼ਿੰਮੇਵਾਰ ਇੱਕ ਕਾਰਨੀ ਕਿਉਂਕਿ ਮਾਰਕਸਵਾਦੀ ਮੰਨਦਾ ਹੈ ਜਦੋਂ ਉਹਨਾਂ ਦੇ ਵਿੱਚ ਆਸ ਵਿੱਚ ਆਰਥਿਕ ਵਰਗ ਸੰਘਰਸ਼ ਹੋਇਆ ਤਾਂ ਰਾਜ ਦਾ ਜਨਮ ਹੋਇਆ ਇਹ ਕਲਕਲਤਾ ਕਿੰਦਾ ਹੈ ਕਿਉਂਕਿ ਮਨੁੱਖ ਦਾ ਇਹ ਹੋਰ ਵੀ ਕਿਤੇ ਤੱਤ ਨੇ ਰਾਜੀ ਰਾਜ ਨੂੰ ਪੈਦਾ ਹੋਣ ਵਿੱਚ ਜਿਹੜੀ ਭੂਮਿਕਾ ਨਭਾਈ ਹੈ ਜਿਵੇਂ ਸਮਾਜਿਕ ਸੁਭਾਅ ਖੂਨ ਸੰਬੰਧ ਪਰਮਸ਼ਖੀ ਆਰਥਿਕ ਜਦੋਂ ਜਦ ਜਿਹੜੇ ਪਿਛਲੇ ਚੈਪਟਰ ਚ ਆਪਾਂ ਇਹ ਟਾਪਿਕ ਪੜ ਚੁੱਕੇ ਹਾਂ ਇਹਨਾਂ ਨੇ ਜਿਹੜੀ ਰਾਜ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ ਰਾਜ ਬ੍ਰਿਆਈ ਨਹੀਂ ਮਾਸਵਾਦੀ ਰਾਜ ਨੂੰ ਬਹੁਤ ਜ਼ਿਆਦਾ ਬ੍ਰਿਆਈ ਤੋਂ ਆਪਣੇ ਮੰਦਰ ਟੋਲੀ ਨੂੰ ਖਤਮ ਕਰ ਦੇਣਾ ਚਾਹੁੰਦਾ ਪਰ ਅੱਜ ਆਪਾਂ ਰਾਜ ਦੇ ਕਮਨ ਵੇਖਿਆ ਤਾਂ ਉਹ ਕਲਿਆਣਕਾਰੀ ਸੰਸਥਾ ਬਣ ਚੁੱਕਾ ਹੈ ਰਾਜ ਦਾ ਤੇ ਵਿਅਕਤੀ ਦਾ ਕੋਈ ਵੀ ਉਹ ਜਾ ਪਹਿਲੂ ਨਹੀਂ ਆ ਜਿਹਦੇ ਵਿੱਚ ਰਾਜ ਉਹਦੇ ਵਿਕਾਸ ਲਈ ਕੰਮ ਨਾ ਕਰਦਾ ਹੋਵੇ ਕਿ ਰਾਜ ਬੁਰਾ ਨਹੀਂ ਜੇ ਬੁਰਾ ਹੁੰਦਾ ਤਾਂ ਖਤਮ ਹੋ ਜਾਂਦਾ ਪਰ ਅੱਜ ਰਾ ਦੀ ਮਤ ਜਿਹੜੀ ਵਾਦੀ ਜਾ ਰਹੀ ਆ ਕਿਦਾ ਸੱਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾ ਦੀ ਉਤਪਤੀ ਦੇ ਸੰਬੰਧ ਵਿੱਚ ਜਿਹੜੀਆਂ ਕਿਹਾ ਉਹ ਪੂਰੀ ਤਰ੍ਹਾਂ ਦੀ ਵਿਚਾਤਰਾ ਠੀਕ ਨਹੀਂ ਆ ਰਾਜ ਕੋਈ ਬਣਾਵਟੀ ਸੰਸਥਾ ਨਹੀਂ ਹੈ ਕਿ ਇਕੋ ਇੱਕ ਕਾਰਨ ਹੀ ਹੈ ਕਿ ਵਰਗ ਸੰਘਰਸ਼ ਹੋਇਆ ਤੇ ਰਾਜ ਪਤਾ ਆ ਪਰ ਤੋ ਫਿਰ ਵੀ ਆਪਾਂ ਇਹ ਚੀਜ਼ ਨੂੰ ਮੰਨਦੇ ਆ ਕਿ ਰਾ ਦੇ ਜਨਮ ਅਤੇ ਵਿਕਾਸ ਵਿੱਚ ਆਰਥਿਕ ਕਾਰਨਾਂ ਨੇ ਵੀ ਮਤਵਪੂਰਨ ਹਿੱਸਾ ਪਾਇਆ ਆਰਥਜਦੋਜਾਦ ਵੀ ਜਿਹੜੀ ਹੈਗੀ ਹੈ ਸੱਚਮੁੱਚ ਵੀ ਸਮਾਜ ਦੇ ਬੱਚੇ ਵਰਗ ਪੈਦਾ ਕਰਦੀ ਆ ਜਦੋਂ ਨਿੱਜੀ ਸੰਪਤੀ ਨਾਲ ਦੀ ਸੰਸਥਾਵਾਂ ਦੇ ਵਿੱਚ ਆਉਂਦੀ ਹੈ ਤੇ ਜਿਸੇ ਰਾਖੀ ਵਾਸਤੇ ਚ ਪ੍ਰਬੰਧ ਕਰਨੇ ਪੈਂਦੇ ਆ ਤੇ ਜਿਹੜੇ ਵਿਕਾਸ ਦੇ ਨਾਲ ਨਿਯਤੀ ਦੇ ਛੇਵੇਂ ਦੇ ਵਿੱਚ ਪਰਤੀ ਨਾਲ ਗੁਝਲ ਉਦਾਰ ਬੰਦਾ ਜਾ ਰਿਹਾ ਤਾਂ ਆਰਥਿਕ ਸਥਿਤੀ ਨੇ ਜਿਹੜਾ ਗਵਾ ਕਿਸੇ ਨਾ ਕੁਝ ਨਾ ਕੁਝ ਹੱਦ ਤੱਕ ਰਾਦੀ ਬੂਮਕਾ ਵਿੱਚ ਜਨਮ ਦੇ ਵਿਕਾਸ ਵਿੱਚ ਹਿੱਸਾ ਜ਼ਰੂਰ ਪਾਇਆ ਹੈਗਾ ਹੈ ਠੀਕ ਹੈ ਬੇਟਾ ਤੇ ਬੇਟਾ ਇਸ ਇਸ ਨਾਲ ਰਿਲੇਟਡ ਜਿਹੜੇ ਹੈਗਾ ਦੋ ਇੱਕ ਦੋ ਕੁਐਸਚਨ ਹੋਰ ਵੀ ਆ ਜਾਂਦਾ ਹੁੰਦਾ ਹੈ ਤੇ ਰਾਜ ਦੇ ਜਨਮ ਸੰਬੰਧੀ ਐਂਜਲ ਦੇ ਵਿਚਾਰ ਦੱਸੋ ਉਹ ਤੁਸੀਂ ਇਸ ਨੂੰ ਟਾਪਿਕ ਨੂੰ ਕਰਨਾ ਹੈ ਤੇ ਜਿਹੜੇ ਇੰਜਲ ਨਾਲ ਜਿਹੜੇ ਸੰਬੰਧਿਤ ਜਿਹੜੇ ਆ ਗਿਆ ਉਹ ਹੀ ਮਾਸਵਾਦੀ ਵਿਚਾਰਤਾ ਰਹੀ ਆ ਜਾਂਦੀ ਉਹਦੇ ਵਿੱਚ ਵੀ ਤੇ ਜਿਹੜੇ ਰਾਜ ਦੇ ਵਿਕਾਸ ਨਾਲ ਸੰਬੰਧਿਤ ਪੜਾਵਾਂ ਦਾ ਜਿਹੜੀ ਗੱਲ ਕੀਤੀ ਹੈ ਉਹ ਪੜਾਅ ਤੁਸੀਂ ਕਰ ਲਿਆ ਗਿਆ ਇਹੜੇ ਬੇਟਾ ਗੁਲਾਮੀ ਦੀ ਪ੍ਰਥਾ ਦਾ ਜਨਮ ਠੀਕ ਹੈ ਇਹ ਪੁਆਇੰਟ ਕਰਨਾ ਇਹਦੇ ਵਿੱਚ ਔਰ ਸਮਤ ਸ਼ਾਹੀ ਦਾ ਜੋਗ ਦੂਸਰਾ ਇਹ ਪੁਆਇੰਟ ਔਰ ਤੀਸਰਾ ਪੂੰਜੀਵਾਦ ਦਾ ਜੋ ਜੇਕਰ ਐਂਜਲ ਨਾਲ ਰਿਲੇਟਡ ਕੁਸ਼ਨ ਵਗੈਰਾ ਆ ਜਾਂਦਾ ਹੈ ਇਹ 3 ਪੁਆਇੰਟ ਇਹਦੇ ਚੁੱਕਨੇ ਆ ਮਾਸਲੂ ਦੀ ਵਿਚਾਰਪਰ ਅਧਾਰਾ ਬਾਰੇ ਦੱਸ ਕੇ ਡੈਫੀਨੇਸ਼ਨ ਦੱਸ ਕੇ ਫਿਰ ਜਿਹੜੀ ਇਹ ਜਿਹੜੇ ਅੱਗੇ ਉਹਦੇ ਐਂਜਲ ਦੇ ਵਿਚਾਰ ਦੱਸ ਕੇ ਤੇ ਫਿਰ ਇਹ ਪੁਆਇੰਟਸ ਐਕਸਪਲੇਨ ਕਰਨੇ ਫਿਰ ਇੱਕ ਕੁਸ਼ਨ ਹੋਰ ਆ ਜਾਂਦਾ ਹੈ ਇਹਦੇ ਨਾਲ ਜਿਵੇਂ ਕਿ ਰਾਜ ਜਨਮ ਸੰਪੰਦੀ ਲੈਨਨ ਦੇ ਵਿਚਾਰ ਉਹ ਤੁਹਾਡੇ ਉਸੇ ਵਿੱਚ ਉਸੇ ਵਿਚਾਰਤਰਾ ਵਿੱਚੋਂ ਹੀ ਸਾਰੇ ਪੁਆਇੰਟਸ ਨਿਕਲਦੇ ਆ ਉਹ ਇਸੇ ਤਰ੍ਹਾਂ ਆਏ ਨੇ ਰਾਜ ਦਾ ਵਰਕ ਦੇ ਸੰਬੰਧ ਵਿੱਚ ਇਹ ਹੈ ਵਰਗ ਵਿਰੋਧੀ ਉਪਜ ਹੈ ਰਾਜ ਇੱਕ ਵਰਗ ਦੁਆਰਾ ਦੂਜੇ ਵਰਗ ਦੇ ਸ਼ਾਸਨ ਕਰਨ ਦਾ ਜੰਤਰ ਹੈ ਪੂੰਜੀਪਤੀ ਪੂੰਜੀਪਤੀ ਰਾਜ ਦਾ ਖਤਮ ਕੇਵਲ ਕਾਂਤੀ ਦੁਆਰਾ ਹੀ ਕੀਤਾ ਜਾ ਸਕਦਾ ਹੈ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਰਾਜ ਹੌਲੀ ਹੌਲੀ ਅਲੋਪ ਹੋ ਜਾਏਗਾ ਮਤਲਬ ਕਿ ਗੱਲਾਂ ਸੇਮ ਹੀ ਕਹਿ ਰਹੀ ਹੈ ਬਸ ਤੁਸੀਂ ਉਸ ਨੂੰ ਪੁਆਇੰਟਸ ਨੂੰ ਉਸ ਸਾਹਮਣੇ ਲਿਖਣਾ ਜਿਵੇਂ ਸਾਹਮਣੇ ਕੁਐਸਚਨ ਪੁੱਟ ਕੀਤਾ ਕੀ ਆਵੇਗਾ ਥੈਂਕਸ